ਡੇਰਾ ਸੰਧਿਆ ਦਾਸ ਪਿੰਡ ਜਗ੍ਹਾ ਰਾਮ ਤੀਰਥ ਜ਼ਿਲ੍ਹਾ ਬਠਿੰਡਾ ਵਿਖੇ ਸਵਾਮੀ 108 ਸ਼੍ਰੀ ਨਾਰਾਇਣ ਮੁਨੀ ਜੀ ਦੀ 14ਵੀਂ ਸਲਾਨਾ ਬਰਸੀ ਬਹੁਤੀ ਸ਼ਰਧਾ ਨਾਲ ਮਨਾਈ ਗਈ। ਮਹੰਤ ਹਰਬੰਸ ਦਾਸ ਜੀ ਦੇਖ ਰੇਖ ਹੇਠ ਹੋਏ ਸਮਾਗਮ ਮੌਕੇ ਦੂਰੋਂ ਦੂਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵੱਡੀ ਤੇਰੀ ਵਡਿਆਈ ਵੱਡੀ ਤੇਰੀ ਵਡਿਆਈ ਵੱਡੀ ਤੇਰੀ। ਇਸ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਸੰਤ ਬਾਬਾ ਅਵਤਾਰ ਸਿੰਘ ਜੀ ਨੇ ਲੰਬਾ ਸਮਾਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਹੰਤ ਭਰਪੂਰ ਦਾਸ ਜੀ ਮਲਕਾਣਾ, ਮਹੰਤ ਗਿਆਨ ਸਰੂਪ ਜੀ ਗੁਰੂਸਰ, ਮਹੰਤ ਕੇਸ਼ਵ ਰਾਮ ਜੀ ਕੋਟ ਸ਼ਮੀਰ, ਮਹੰਤ ਸਦੇਵ ਪ੍ਰਕਾਸ਼ ਜੀ ਮਹਿਮਾ ਸਰਜਾ, ਮਹੰਤ ਰਤਨ ਦਾਸ ਜੀ ਜਖੇਪਲ, ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਮਹੰਤ ਰਮੇਸ਼ ਮੁਨੀ ਜੀ ਤਲਵੰਡੀ, ਮਹੰਤ ਭੂਮਾਨੰਦ ਜੀ ਰਾਪੁਰ, ਮਹੰਤ ਦੇਵਾਦਾਸ ਜੀ ਮੰਡਾਲਾ, ਮਹੰਤ ਸਤਮੁਨੀ ਜੀ ਲਹਿਰੀ, ਮਹੰਤ ਸਤਨਾਮ ਦਾਸ ਜੀ ਨਥੇਹਾ, ਮਹੰਤ ਬਿਕਰਮ ਦਾਸ ਜੀ ਬਠਿੰਡਾ, ਮਹੰਤ ਕੇਵਲ ਦਾਸ ਜੀ ਹੱਕਤਾਲਾ, ਮਹੰਤ ਭੀਮਦਾਸ ਜੀ ਮਾਹੀ ਨੰਗਲ, ਮਹੰਤ ਅਮਰਦਾਸ ਜੀ ਕੋਟ ਫਤਾ, ਮਹੰਤ ਮਹਿੰਦਰ ਸਿੰਘ ਜੀ ਕੋਠਾ ਗੁਰੂ, ਮਹੰਤ ਦਰਬਾਰ ਦਾਸ ਜੀ ਰਾਮਾ, ਮਹੰਤ ਫੋਮਨ ਦਾਸ ਜੀ ਬੰਗੀ ਵੀ ਹਾਜ਼ਰ ਸਨ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲਏ ਗਏ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੁਸਾਈ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੁਸਾਈ, ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਮਹੰਤ ਗਿਆਨ ਦਾਸ ਜੀ ਜੱਜਲ ਅਤੇ ਮਹੰਤ ਹਰਬੰਸ ਦਾਸ ਜੀ ਜਗ੍ਹਾ ਰਾਮ ਤੀਰਥ ਵਾਲਿਆਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਬੋਲ ਚਿੰਤੇ ਸ਼੍ਰੀ ਚੰਦਰ ਭਗਵਾਨ ਕੀ ਜੈ। ਇਹ ਅੱਜ ਇਸ ਪਰਚੇ ਬਾਬਾ ਨਾਰਾਇਣ ਮੁਨੀ ਦੀ 14ਵੀਂ ਬਰਸੀ ਮਨਾ ਰਹੇ ਹਾਂ ਪਿੰਡ ਜਗ੍ਹਾ ਰਾਮ ਤੀਰਥ, ਜਿੱਥੇ ਬਾਬਿਆਂ ਨੇ ਬਹੁਤ ਬੱਚਿਆ ਕੀਤੀ। 35 ਸਾਲ ਇੱਥੇ ਬਾਬਾ ਜੀ ਰਹੇ, ਸਾਰਾ ਡੇਰਾ ਉਹਨਾਂ ਨੇ ਬਹੁਤ ਸੋਹਣਾ ਬਣਾਇਆ, ਨਗਰ ਨੂੰ ਸਥਾਨ ਨਾਲ ਜੋੜਿਆ। ਹੁਣ ਸਾਰਾ ਨਗਰ, ਨਗਰ ਪੰਚਾਇਤਾਂ, ਕਲੱਬ ਦੇ ਮੈਂਬਰ, ਹੋਰ ਸਾਰਾ ਨਗਰ ਰਲ ਮਿਲ ਕੇ 14ਵੀਂ ਵਰਸੀ ਮਨਾ ਰਹੇ ਹਾਂ, ਜਿਸ ਵਿੱਚ ਸਾਰੇ ਇਲਾਕੇ ਦੇ ਸਾਧੂ ਸੰਤ ਇੱਥੇ ਪਹੁੰਚ ਰਹੇ ਹਨ। ਸਾਰਾ ਨਗਰ ਹੋਰ ਸੰਗਤਾਂ ਇੱਥੇ ਬਹੁਤ ਜ਼ਿਆਦਾ ਪਹੁੰਚ ਰਹੀਆਂ ਹਨ। ਇੱਥੇ ਲੋਹੜੀ ਵਾਲੇ ਦਿਨ ਇਹ ਵਰਸੀ ਮਨਾਈ ਜਾਂਦੀ ਹੈ ਜੀ। ਅੱਜ ਡੇਰਾ ਬਾਬਾ ਸੰਧਿਆ ਦਾਸ, ਜੋ ਕਿ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਬਹੁਤ ਪਵਿੱਤਰ ਸਥਾਨ ਹੈ, ਇਸ ਸਥਾਨ 'ਤੇ ਸ੍ਰੀਮਾਨ 108 ਸੰਤ ਬਾਬਾ ਨਾਰਾਇਣ ਦਾਸ ਜੀ ਨੇ
कोई लगभग 30-40 साल घोर तपस्या करके डेरे का इलाके का नौ रोशन किया। सो उन्हां दी 14वीं बरछी इस डेरे के गद्दी नशीन 108 मान हरवंश दास नगर दियां पंचायतां इलाके के पदवंते सज्जन ते साधु संत महात्मा बड़े उत्साह नाल अज मना रहे हैं। अज लोहड़ी के त्यौहार नूं मुख रखदे वरछी के संबंध में रखे गए श्री अखंड पाठां दे भोग पाए गए हैं, जिन्हां दे विच समूह साधु भेख भगवान दे दास नगर पंचायतां समूह लीडर ने हाजिरी लवाई। मैं खास करके धन्यवाद करदा श्री माणिक सुठ महंत हरवंश दास जी जो इस डेरे दे मुख सेवादार हन ते देख रेख कर रहे हन। बीबीआं वालों तैयार किए गुरु के लंगर सारे महापुरशां अते संगतां ने इकट्ठे बैठ के छकिया अते महंत हरवंश दास जी वालों आए महापुरशां दी पंगत पूजा भी की गई। संपर्क करो गौरव गर्ग शेरपुर, मोबाइल 94170-36301 98141-36301 94170-36301।